ਮਦਰਸ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਕਿ ਮਲਸੀਆਂ ਜ਼ਿਲ੍ਹਾ ਜਲੰਧਰ ਵਿਖੇ ਸਥਿਤ ਹੈ। ਇਹ ਸਕੂਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸਕੂਲ ਵਿਖੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਸਕੂਲ ਵਿੱਚ ਕੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ। ਬੀਤੇ ਦਿਨੀ ਸਾਡੀ ਪੰਜਾਬ ਪ੍ਰੈਸ ਦੀ ਟੀਮ ਨੇ ਮਦਰਸ ਪ੍ਰਾਈਡ ਇੰਟਰਨੈਸ਼ਨਲ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪ੍ਰੈਸ ਦੀ ਟੀਮ ਵੱਲੋਂ ਇੱਕ ਰਿਪੋਰਟ। ਕਦਮ ਦੇ ਨਾਲ ਕਦਮ ਲਾ ਕੇ ਚਲਾਉਣਾ ਤਾਂ ਫਿਰ ਚੇਂਜਸ ਤਾਂ ਡੇ ਬਾਈ ਡੇ ਕਰ ਰਹੇ ਹਾਂ।
ਐਜੂਕੇਸ਼ਨ ਦਾ ਮਤਲਬ ਹੁਣ ਅੱਜ ਦੇ ਜ਼ਮਾਨੇ 'ਚ ਤਾਂ ਬਹੁਤ ਜ਼ਿਆਦਾ ਕਮਰਸ਼ਲਾਈਜੇਸ਼ਨ ਹੋ ਚੁੱਕਾ, ਬਟ ਇੱਦਾਂ ਨਹੀਂ ਹੋਣੀ ਚਾਹੀਦੀ। ਮਤਲਬ ਇਹ ਸੋਚਣਾ ਚਾਹੀਦਾ ਕਿ ਅਸੀਂ ਠੀਕ ਹੈ, ਜਿਹੜੀ ਪੈਸਾ ਉਹ ਬੜੀ ਜ਼ਰੂਰਤ ਆ ਸਭ ਦੀ, ਲੇਕਿਨ ਪੈਸਾ ਲੈ ਕੇ ਵੀ ਅਸੀਂ ਬੱਚਿਆਂ ਨੂੰ ਮੋਰਲੀ ਐਜੂਕੇਟ ਕਰਨਾ, ਜਿਹੜੀ ਬੁਕਿਸ਼ ਨੌਲੇਜ ਆ ਉਹ ਤਾਂ ਹੈ ਹੀ ਹੈ, ਦੇਣੀ ਹੈ ਉਹਨਾਂ ਨੂੰ, ਰੋਜ਼ੀ ਰੋਟੀ ਕਮਾਉਣ ਦੇ ਕਾਬਲ ਤਾਂ ਅਸੀਂ ਕਰਨਾ ਹੀ, ਬਟ ਮੋਰਲੀ ਉਹਨਾਂ ਨੂੰ ਜਿਹੜਾ ਬਣਾਉਣਾ ਸਟਰੋਂਗ ਉਹ ਬਹੁਤ ਜ਼ਰੂਰੀ ਹੈ। ਇਹੀ ਮੋਟਿਵ ਹੀ ਹੋਣਾ ਚਾਹੀਦਾ ਕਿ ਹਾਂਜੀ ਪੈਸਾ ਹੀ ਕਮਾਉਣਾ, ਪੈਸਾ ਜਿਹੜਾ ਠੀਕ ਆ ਕਿ ਅੱਜ ਦੀ ਜ਼ਰੂਰਤ ਦੇ ਵਿੱਚ ਪੈਸਾ ਬਹੁਤ ਕੁਛ ਆ, ਬਟ ਸਭ ਕੁਛ ਨਹੀਂ। ਪ੍ਰਿੰਸੀਪਲ ਮੈਡਮ, ਮਦਰ ਪ੍ਰਾਈਡ ਜਿਹੜਾ ਕਿ ਇੱਕ ਐਸਾ ਸਕੂਲ ਬਣ ਚੁੱਕਿਆ ਹੈ, ਜਿਹੜਾ ਸਕੂਲ ਹੀ ਨਹੀਂ ਬਲਕਿ ਇੱਕ ਕੌਂਸਲਿੰਗ ਸੈਂਟਰ ਵੀ ਆਪਾਂ ਕਹਿ ਸਕਦੇ ਹੈਗੇ ਹਾਂ, ਬੱਚਿਆਂ ਨੂੰ ਬੜਾ ਖੁਸ਼ੀ ਹੁੰਦੀ ਹੈ ਆਉਣ ਦੀ। ਇਹ ਤਾਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਸਕੂਲਾਂ ਜਾਣਾ, ਬੱਚਿਆਂ ਨੇ ਤਾਂ ਬੱਚੇ ਇੱਦਾਂ ਹੀ ਕਰਦੇ ਸਕੂਲਾਂ ਜਾਣ ਨੂੰ, ਪਰ ਕਿਹੋ ਜਿਹਾ ਕਿੱਦਾਂ ਤੁਸੀਂ ਇਹੋ ਜਿਹਾ ਐਟਮੋਸਫੀਅਰ ਕ੍ਰੀਏਟ ਕੀਤਾ ਕਿ ਤੁਹਾਡੇ ਬੱਚੇ ਜਿਹੜੇ ਕਿਡਸ ਵੀ ਜਿਹੜੇ ਹੈਗੇ ਉਹਨਾਂ ਦਾ ਵੀ ਦਿਲ ਕਰਦਾ ਸਕੂਲ 'ਚ ਆਉਣ ਨੂੰ, ਕਿੱਦਾਂ ਤੁਸੀਂ ਉਹ ਐਟਮੋਸਫੀਅਰ? ਸਭ ਤੋਂ ਪਹਿਲਾਂ ਮੇਰੇ ਵੱਲੋਂ ਮਿਸਿਸ ਪ੍ਰਿੰਸੀਪਲ ਆਫ ਨਮਸਤੇ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਤਲਬ ਬਹੁਤ ਵਧੀਆ ਸਵਾਲ ਤੁਹਾਡਾ। ਬੱਚਿਆਂ ਨੂੰ ਸਕੂਲ ਵਿੱਚ ਬੁਲਾਉਣਾ, ਇਟਸ ਲਾਈਕ ਅ ਯੂ ਹੈਵ ਟੂ ਚੇਂਜ ਵਿਦ ਟਾਈਮ ਟੂ ਟਾਈਮ। ਇੱਥੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਸਾਡੇ ਸਕੂਲਸ ਦੀ, ਸਾਡੇ ਮੈਨੇਜਮੈਂਟ ਦੀ, ਸਾਡੇ ਟੀਚਰਸ ਦੀ, ਕਿ ਬੱਚਿਆਂ ਨੂੰ ਇੱਕ ਫਰੈਂਡਲੀ, ਇੱਕ ਪੇਰੈਂਟਸ ਵਾਲਾ ਮਾਹੌਲ ਦਿੱਤਾ ਜਾਵੇ ਜਿਹਦੇ ਨਾਲ ਬੱਚੇ ਖੁੱਲ੍ਹ ਕੇ ਟੀਚਰ ਦੇ ਨਾਲ, ਈਵਨ ਕਿ ਪ੍ਰਿੰਸੀਪਲ ਮੈਮ ਦੇ ਨਾਲ, ਚੇਅਰਪਰਸਨ ਮੈਮ ਦੇ ਨਾਲ, ਇਫ ਦੇ ਹੈਵ ਐਨੀ ਲਿਟਲ ਪ੍ਰੋਬਲਮ ਦੇ ਕੈਨ ਸ਼ੇਅਰ ਵਿਦ ਅਸ ਵੈਰੀ ਫਰੈਂਡਲੀ। ਇਸ ਕਰਕੇ ਉਹ ਬਹੁਤ ਮਤਲਬ ਦੇ ਨੈਵਰ ਨਰਵਸ, ਦੇ ਫੀਲ ਨੈਵਰ ਨਰਵਸ ਕਿ ਕੋਈ ਗੱਲ ਜਾ ਕੇ, ਕੋਈ ਪ੍ਰੋਬਲਮ ਜਾ ਕੇ ਪੇਰੈਂਟਸ ਨਾਲ ਡਿਸਕਸ ਕਰਨੀ ਆ। ਟਾਈਮ ਟੂ ਟਾਈਮ ਉਹਨਾਂ ਨੂੰ ਖੇਡਾਂ ਦੇ ਵਿੱਚ, ਡਾਂਸ ਦੇ ਵਿੱਚ, ਕਰਾਟੇ ਕਲਾਸਿਸ ਦੇ ਵਿੱਚ, ਸਟੱਡੀ ਪੂਰੀ, ਐਡਕੋਮ ਕਲਾਸਿਸ, ਲਾਈਕ ਜੋ ਬੱਚਿਆਂ ਦਾ ਦਿਮਾਗ ਚੱਲਦਾ ਟਾਈਮ ਟੂ ਟਾਈਮ, ਜੋ ਬੱਚਿਆਂ ਦੀ ਸਾਈਕੋਲੋਜੀ ਆ। ਸਾਡਾ ਮੇਨ ਮੋਟਿਵ ਹੁੰਦਾ ਕਿ ਅਸੀਂ ਬੱਚਿਆਂ ਦੀ ਸਾਈਕੋਲੋਜੀ ਨੂੰ ਸਟੱਡੀ ਕਰੀਏ ਅਤੇ ਉਹਦੇ ਉੱਤੇ ਵਰਕ ਕਰੀਏ, ਜਿਹਦੇ ਕਰਕੇ ਬੱਚਿਆਂ ਨੂੰ ਐਜੂਕੇਸ਼ਨ ਅਤੇ ਮਦਰਸ ਪੈਡ ਕਦੀ ਬੁਰੀ ਫੀਲ। ਸਭ ਤੋਂ ਪਹਿਲਾਂ ਸਾਡੇ ਟੀਚਰ ਦੀ ਮੇਨ ਪ੍ਰਾਇਮਰੀ ਡਿਊਟੀ ਆ ਬੱਚੇ ਦੇ ਮਾਇੰਡ ਨੂੰ ਸਟੱਡੀ ਕਰੋ, ਬੱਚੇ ਦੇ ਮਾਇੰਡ ਨੂੰ ਦੇਖਣਾ ਕਿ ਉਹ ਕਿਸ ਲੈਵਲ ਦਾ, ਯੂ ਨੋ ਕਿ ਅੱਜ ਦੇ ਟਾਈਮ 'ਚ ਹਰ ਇੱਕ ਬੱਚੇ ਦਾ IQ ਲੈਵਲ ਜਿਹੜਾ ਉਹ ਸੇਮ ਨਹੀਂ ਹੋ ਸਕਦਾ, ਇਟਸ ਨੋਟ ਪੋਸੀਬਲ। ਮਤਲਬ ਗੋਡ ਵੱਲੋਂ ਗਿਫਟ ਹੈ, ਕੁਛ ਇੱਕ ਬੱਚੇ ਐਵਰੇਜ ਆ, ਕੁਛ ਇੱਕ ਬਿਲੋ ਐਵਰੇਜ ਆ, ਕੁਛ ਮੋਰ ਦੈਨ ਐਵਰੇਜ। ਸਾਡੇ ਟੀਚਰ ਸਭ ਤੋਂ ਪਹਿਲਾਂ ਤਾਂ ਬੱਚੇ ਦੇ ਮਾਇੰਡ ਨੂੰ ਸਟੱਡੀ ਕਰਦਾ, ਕੁਛ ਇੱਕ ਬੱਚੇ ਇੱਦਾਂ ਦੇ ਜਿਹੜੇ ਸਿਰਫ ਬੁੱਕਸ ਤੋਂ ਬਹੁਤ ਜਲਦੀ ਈਜ਼ੀਲੀ ਲਰਨ ਕਰਦੇ, ਅਤੇ ਕੁਛ ਇੱਕ ਬੱਚੇ ਇੱਦਾਂ ਦੇ ਜਿਹੜੇ ਸਿਰਫ ਟੀਚਰ ਦੀ ਬੋਡੀ ਨੂੰ, ਟੀਚਰ ਦੇ ਲੈਕਚਰਸ ਨੂੰ ਓਬਜ਼ਰਵ ਕਰਦੇ ਆ। ਅਕੋਰਡਿੰਗ ਟੂ ਡਿਮਾਂਡ ਆਫ ਦ ਚਾਈਲਡ, ਕੁਛ ਇੱਕ ਬੱਚੇ ਉਹ ਆ ਜਿਹੜੇ ਆਡੀਓ ਵੀਡੀਓ ਤੋਂ ਲਰਨ ਕਰਦੇ ਆ, ਉਹਦੇ ਲਈ ਸਾਨੂੰ ਆਪਣੇ ਟੀਚਰਸ ਦੀ ਟਾਈਮ ਟੂ ਟਾਈਮ ਟ੍ਰੇਨਿੰਗ ਕਰਵਾਉਣੀ ਪੈਂਦੀ ਆ, ਟੀਚਰਸ ਦੀ ਕੌਂਸਲਿੰਗ ਕਰਵਾਉਂਦੇ ਆ, ਤਾਂ ਹੀ ਜਾ ਕੇ ਟੀਚਰਸ ਫਿਰ ਬੱਚੇ ਦੀ ਕੌਂਸਲਿੰਗ ਕਰਦਾ ਕਿ ਬੱਚਾ ਕਿਹੜੇ ਪੈਟਰਨ ਦੇ ਵਿੱਚ ਕੰਫਰਟੇਬਲ ਫੀਲ ਕਰਦਾ ਅਤੇ ਉਸੇ ਪੈਟਰਨ ਵਿੱਚ ਹੀ ਬੱਚੇ ਨੂੰ ਪੜ੍ਹਾਇਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸਾਡੇ ਸਕੂਲ ਦਾ ਮੇਨ ਮੋਟੋ, ਸਾਡੀ ਮੈਨੇਜਮੈਂਟ ਦਾ ਮੇਨ ਵਿਜ਼ਨ ਐਂਡ ਮਿਸ਼ਨ ਹੈ ਕਿ ਬੱਚੇ ਦੀ ਆਲ ਰਾਊਂਡਰ ਡਿਵੈਲਪਮੈਂਟ ਕਰਨਾ। ਵੀ ਡੋਂਟ ਵਾਂਟ ਕਿ ਅਵਰ ਚਿਲਡਰਨ ਬਿਕਮਸ ਓਨਲੀ ਬੁੱਕ ਵਾਂਗ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਿਰਫ ਕਿਤਾਬੀ ਕੀੜਾ ਬਣ ਕੇ ਰਹਿ ਜਾਣ। ਸੋਸਾਇਟੀ ਦੀ ਡਿਮਾਂਡ ਆ, ਓਬਵੀਅਸਲੀ ਸਟੱਡੀ ਇਜ਼ ਇੰਪੋਰਟੈਂਟ, ਐਜੂਕੇਸ਼ਨ ਇਜ਼ ਆਲਸੋ ਇੰਪੋਰਟੈਂਟ, ਬਟ ਬੱਚੇ ਨੂੰ ਉਹਦੇ ਨਾਲ ਨਾਲ ਹਰ ਤਰ੍ਹਾਂ ਦੀ ਕ੍ਰੀਏਟੀਵਿਟੀ ਵਿੱਚ ਪਾਰਟੀਸਪੇਟ ਕਰਨ ਲਈ ਇੰਸਪਾਇਰ ਕਰਦੇ ਹਾਂ। ਲਾਈਕ ਡਾਂਸ ਕਲਾਸਿਸ ਹੋ ਗਈ, ਕਰਾਟੇ ਕਲਾਸਿਸ ਹੋ ਗਈ, ਸਮਾਰਟ ਕਲਾਸਿਸ ਹੋ ਗਈ, ਲਾਈਕ ਐਕਟਸ ਹੋ ਗਿਆ, ਐਂਡ ਸੋ ਮੈਨੀ ਅਨਦਰ ਐਕਟੀਵਿਟੀਜ਼, ਕ੍ਰਿਕਟਸ ਹੋ ਗਿਆ, ਬੈਡਮਿੰਟਨਸ ਹੋ ਗਿਆ। ਉਸ ਤੋਂ ਇਲਾਵਾ ਸਾਡਾ ਮੇਨ ਵਿਜ਼ਨ ਜਿਹਦੇ ਉੱਤੇ ਅਸੀਂ ਇਸ ਟਾਈਮ ਫੋਕਸ ਕਰ ਰਹੇ ਹਾਂ ਉਹ ਇਹ ਆ ਕਿ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ, ਇਹਨਾਂ ਐਕਟੀਵਿਟੀਜ਼ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਬਣੇ, ਇੱਕ ਮੋਰਲ ਵੈਲਿਊਜ਼, ਇੱਕ ਵੈਲਿਊਜ਼ ਐਥਿਕਸ, ਇੱਕ ਪੁਰਾਣਾ ਕਲਚਰ ਜਿਹੜੇ ਆਪਣੇ ਬੱਚੇ ਭੁੱਲਦੇ ਜਾ ਰਹੇ ਨੇ ਉਹਨਾਂ ਦੇ ਨੇੜੇ ਰੱਖੀਏ। ਹਾਊ ਟੂ ਰਿਸਪੈਕਟ ਅਵਰ ਐਲਡਰਸ, ਹਾਊ ਟੂ ਰਿਸਪੈਕਟ ਅਵਰ ਪੇਰੈਂਟਸ, ਹਾਊ ਟੂ ਰਿਸਪੈਕਟ ਅਵਰ ਟੀਚਰਸ, ਇਟਸ ਅਵਰ ਮੇਨ, ਇਟਸ ਮੇਨ ਮੋਟਿਵ ਅਵਰ। ਮੈਡਮ, ਐਸ ਫਾਰ ਐਸ ਇੰਗਲਿਸ਼ ਸਪੀਕਿੰਗ ਇਜ਼ ਕੰਸਰਨ, ਤੁਸੀਂ ਪਹਿਲਾਂ ਹੀ ਬੱਚਿਆਂ ਨੂੰ, ਕਿਉਂਕਿ ਏਰੀਆ ਦੇ ਬਹੁਤ ਬੱਚੇ ਜਿਹੜੇ ਹੈਗੇ ਫੋਰਨ ਨੂੰ ਪ੍ਰੈਫਰ ਕਰਦੇ ਨੇ, ਔਰ ਤੁਸੀਂ ਉਹ ਚੀਜ਼ ਦੇਖ ਕੇ ਪਹਿਲਾਂ ਤੋਂ ਹੀ ਆਪਣੇ ਬੱਚਿਆਂ ਦੀਆਂ ਨੀਹਾਂ 'ਚ ਜਿੱਦਾਂ ਵਾਈਟ ਸੀਮਿੰਟ ਭਰਨ ਦੀ ਕੋਸ਼ਿਸ਼ ਕਰਦੇ ਹੋ, ਪਹਿਲਾਂ ਤੋਂ ਉਹਨਾਂ ਨੂੰ ਇੰਗਲਿਸ਼ ਸਪੀਕਿੰਗ, ਇੰਗਲਿਸ਼ ਲਰਨਿੰਗ ਔਰ ਗਰਾਮਰ ਦੇ ਉੱਤੇ ਬੜਾ ਮਤਲਬ ਡੀਪਲੀ ਉਹਦੇ ਉੱਤੇ ਜਿਹੜਾ ਹੈਗਾ ਆਪਣਾ ਕਰਦੇ ਹੋ, ਉਹਦੇ ਬਾਰੇ ਕਹਿਣਾ ਚਾਹੁੰਦੇ? ਬਿਲਕੁਲ, ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਆਪਣੀ ਸੋਸਾਇਟੀ ਦਾ ਟ੍ਰੈਂਡ ਹੀ ਹੈ ਕਿ ਬੱਚੇ ਅੱਜ ਕੱਲ੍ਹ ਫੋਰਨ ਨੂੰ ਬਹੁਤ ਪ੍ਰੈਫਰੈਂਸ ਦੇ ਰਹੇ ਆ, ਦੇ ਲਾਈਕ ਟੂ ਵਿਜ਼ਿਟ ਅਬਰੋਡ, ਦੇ ਲਾਈਕ ਟੂ ਸਟੱਡੀ ਫਰਦਰ ਇਨ ਅਬਰੋਡ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਚਾਹੁੰਦੇ ਕਿ ਬੱਚਿਆਂ ਦਾ ਬੇਸ ਹੀ ਉਸੇ ਤਰ੍ਹਾਂ ਹੁੰਦਾ, ਬਜਾਏ ਦੇ ਕਿ 10th ਪਾਸ ਕਰਕੇ, +2 ਪਾਸ ਕਰਕੇ ਬੱਚੇ ਬਹੁਤ ਨਰਵਸ ਫੀਲ ਕਰਦੇ ਆ, ਦੇ ਲਾਈਕ ਕਿ ਇੰਗਲਿਸ਼ ਉਹਨਾਂ ਲਈ ਖਊਆ ਬਣ ਜਾਂਦੇ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਕੂਲ ਦੇ ਸਟੂਡੈਂਟਸ ਨਾਲ ਵੀ ਇਸ ਤਰ੍ਹਾਂ ਹੋਵੇ। ਇਸ ਕਰਕੇ ਸਟਾਰਟਿੰਗ ਤੋਂ ਹੀ, ਬੇਸਿਕ ਕਲਾਸਿਸ ਤੋਂ ਹੀ, ਈਵਨ ਕਿ ਕੇਜੀਵਿੰਗ ਤੋਂ ਹੀ ਸਾਡੇ ਬੱਚੇ ਬਹੁਤ ਵਧੀਆ ਛੋਟੇ ਛੋਟੇ ਸੈਂਟੈਂਸਿਸ ਇੰਗਲਿਸ਼ 'ਤੇ ਬੋਲਦੇ ਆ। ਐਜ ਪਰ ਜਿਸ ਤਰ੍ਹਾਂ ਉਹਨਾਂ ਦੀ ਕਲਾਸਿਸ ਵਧਦੀ ਜਾਂਦੀ ਆ, ਉਹਨਾਂ ਨੂੰ ਇੰਗਲਿਸ਼ ਰੀਡਰਸ, ਗਰਾਮਰ, ਇੰਗਲਿਸ਼ ਐਕਸਟਰਾ ਐਕਟੀਵਿਟੀਜ਼, ਇੰਗਲਿਸ਼ ਕਲਾਸਿਸ ਆਲਸੋ। ਬਟ ਹਾਊ ਯੂ ਆਰ ਫੀਲਿੰਗ ਐਟ ਮਦਰਸ ਪ੍ਰਾਈਡ? ਆਈ ਐਮ ਫੀਲਿੰਗ ਵੈਰੀ ਗੁੱਡ। ਵਾਟ ਆਰ ਸਪੈਸ਼ਲ ਸਪੈਸ਼ਲਟੀਜ਼ ਆਫ ਦਿਸ ਸਕੂਲ?
school give us many opportunities to boost our confidence. Like school organized many activities and on every occasion school organized small and big events related to that. And what about teachers? Teachers are quite good. They always help. Whenever I get confused, I have a problem in studies, they help us. बेटा किधर ना महसूस होना था मदद प्राइड्स पढ़ के। I feel really very honored that I'm a student of this school. This school has given me various opportunities. Actually, the teachers, everybody has gave me various opportunities that I develop my skills. What type of main skills you have developed? Actually, I'm really very feeling privileged that I'm here and then speaking in front of you is a main skill that I have developed. ਬੇਟਾ ਕੀ ਕੀ ਮੇਨ ਇਸ ਸਕੂਲ ਦੀ ਤੁਹਾਨੂੰ ਖਾਸੀਅਤ ਲੱਗ ਰਹੀ ਹੈ? ਦਰਅਸਲ ਮੈਂ ਨਰਸਰੀ ਤੋਂ ਇਸ ਸਕੂਲ ਵਿੱਚ ਪੜ੍ਹਦੀ ਆਈ ਹਾਂ ਅਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਇਸ ਸਕੂਲ ਦਾ ਹਿੱਸਾ ਹਾਂ ਅਤੇ ਮੈਨੂੰ ਖੁਸ਼ੀ ਹੋ ਰਹੀ ਆ ਕਿ ਮੈਂ ਇੱਥੇ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਹਾਸਿਲ ਜ਼ਰੂਰ ਕਰਿਆ ਹੈ। ਔਰ ਇਹਦੇ ਨਾਲ ਨਾਲ ਕਿਸ ਤਰ੍ਹਾਂ ਦਾ ਐਟਮੋਸਫੀਅਰ ਤੁਹਾਨੂੰ ਇੱਥੇ ਮਿਲ ਰਿਹਾ ਹੈਗਾ? ਬਹੁਤ ਵੱਡਾ ਮਤਲਬ ਕਿ ਸਾਨੂੰ ਖੁੱਲ੍ਹ ਕੇ ਆਪਣੇ ਵਿਚਾਰ ਜ਼ਾਹਿਰ ਕਰਨ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ। ਅਸੀਂ ਜੇ ਕੁਝ ਵੀ ਨਹੀਂ ਸਮਝ ਪਾ ਰਹੇ ਜਾਂ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ, ਅਸੀਂ ਟੀਚਰਸ ਨੂੰ ਖੁੱਲ੍ਹ ਕੇ ਆਖਦੇ ਹਾਂ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਕੀ ਆਖ ਰਹੇ ਹੋ। ਉਹਨਾਂ ਨੂੰ ਇਹ ਕੁਝ ਵੀ ਨਹੀਂ ਹੁੰਦਾ ਕਿ ਬੱਚਾ ਕਿਉਂ ਪੁੱਛ ਰਿਹਾ ਹੈ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਬੱਚਾ ਪੁੱਛਦਾ ਰਿਹਾ ਹੈ ਕਿ ਉਸਨੂੰ ਨਹੀਂ ਸਮਝ ਆਇਆ। ਔਰ ਉਹਦੇ ਨਾਲ ਨਾਲ ਜਿੱਦਾਂ ਕਲਚਰਲ ਐਕਟੀਵਿਟੀਜ਼ ਦੀ ਗੱਲ ਕਰੀਏ, ਕਿਹੜੇ ਕਿਹੜੇ ਕਲਚਰਲ ਐਕਟੀਵਿਟੀਜ਼ ਕਰਵਾਈ ਜਾਂਦੀ ਹੈ? ਹਰ ਓਕੇਜ਼ਨ ਦੇ ਅਕੋਰਡਿੰਗ ਸਾਡੇ ਕਲਚਰਲ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ, ਜਿਵੇਂ ਕਿ ਕੁਇਜ਼ ਹੁੰਦਾ ਹੈ, ਸਾਇੰਸ ਕੁਇਜ਼ ਹੋ ਗਿਆ, ਇੰਗਲਿਸ਼ ਦਾ ਕੁਇਜ਼ ਹੋ ਗਿਆ ਤੇ ਬਾਕੀ ਵੀ ਕੰਪੀਟੀਸ਼ਨ ਆਰਗੇਨਾਈਜ਼ ਕੀਤੇ ਜਾਂਦੇ ਆ ਤੇ ਹੁਣੇ ਸਾਡੇ ਸਕੂਲ ਆਰਟ ਐਗਜ਼ੀਬਿਸ਼ਨ ਹੋਣ ਜਾ ਰਹੀ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਇਸ ਦੇ ਲਈ ਇਸ ਆਰਟ ਐਗਜ਼ੀਬਿਸ਼ਨ ਦੇ ਜ਼ਰੀਏ ਬੱਚਿਆਂ ਦੇ ਇਨੋਵੇਟਿਵ ਮਾਈਂਡ ਨੂੰ ਇੱਕ ਜ਼ਰੀਆ ਮਿਲੇਗਾ ਉਹਨਾਂ ਦੀ ਕ੍ਰੀਏਸ਼ਨ ਹੋ ਗਿਆ ਰੱਖਣ ਦਾ। ਬੇਟਾ ਇਹ ਸਕੂਲ ਜਿਹੜਾ ਹਰ ਕਿਸਮ ਦੇ ਵਿੱਚ ਸਾਡੀ ਜਿਹੜਾ ਹੈਗਾ ਹੈਲਪ ਕਰਦਾ ਹੈਗਾ, ਚਾਹੇ ਉਹ ਅਕੈਡਮਿਕਸ ਦੀ ਗੱਲ ਆ, ਚਾਹੇ ਕਲਚਰਲ ਦੀ ਗੱਲ ਆ, ਚਾਹੇ ਗੇਮਸ ਦੀ ਗੱਲ ਆ। ਔਰ ਤੁਸੀਂ ਗੇਮਸ ਦੇ ਵਿੱਚ ਆਪਣੇ ਆਪ ਨੂੰ ਪ੍ਰੀਪੇਅਰ ਕੀਤਾ ਹੈ, ਕੀ ਕਹਿਣਾ ਚਾਹੋਗੇ? ਇਸ ਸਕੂਲ ਨੇ ਬਹੁਤ ਕੁਝ ਮੈਨੂੰ ਦਿੱਤਾ ਹੈ। ਮੈਂ ਕਈ ਥਾਵਾਂ ਤੇ ਡਿਸਟ੍ਰਿਕਟ ਲੈਵਲ ਤੇ ਵੀ ਖੇਡ ਕੇ ਆਈ ਹਾਂ, ਜਿਸ ਦਾ ਮੈਨੂੰ ਕੈਸ਼ ਪ੍ਰਾਈਜ਼ ਵੀ ਸਕੂਲ ਨੇ ਦਿਲਾਏ ਹਨ। ਬਹੁਤ ਵਧੀਆ ਲੱਗਦਾ ਹੈ ਜਦੋਂ ਮੈਂ ਗਿਣੀ ਜਾਂਦੀ ਹਾਂ MPIPS ਦੇ ਵਿੱਚ, ਤਾਂ ਬਹੁਤ ਚੰਗਾ ਲੱਗਦਾ ਹੈ ਕਿ ਮੈਨੂੰ ਆਮ ਪਾਰਟ ਆਫ ਦਿਸ ਸਕੂਲ। ਕਿਹੜੀ ਗੇਮ 'ਚ ਬੇਟਾ ਤੁਸੀਂ ਪਾਰਟਿਸਿਪੇਟ ਕਰਦੇ ਹੋ? ਬੇਸਬਾਲ, ਜੋ ਕਿ ਮੇਰੀ ਲਾਈਫ ਦੇ ਇੱਕ ਹਿੱਸਾ ਹੀ ਬਣ ਚੁੱਕੀ ਹੈ। ਜਦੋਂ ਵੀ ਮੈਂ ਆਪਣੇ ਬੇਸ ਨੂੰ ਦੇਖਦੀ ਹਾਂ ਤਾਂ ਮੈਨੂੰ ਆਪਣਾ ਸਕਸੈਸ ਦਿਖਦੀ ਹੈ ਉਹਦੇ ਵਿੱਚ। ਔਰ ਜਿੱਦਾਂ ਟੀਚਰਸ ਕੰਪਲੀਮੈਂਟਰੀ ਨੇ, ਉਹ ਤੁਹਾਨੂੰ ਐਜੂਕੇਸ਼ਨ ਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਵੀ ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਬੇਸਬਾਲ ਵਾਲਿਆਂ ਵੀ ਜਿਹੜੇ ਟੀਚਰਸ ਜਿਨ੍ਹਾਂ ਨੇ ਪੜ੍ਹਾਉਣਾ ਹੈਗਾ ਉਹ ਇਰੀਟੇਟ ਹੋਣ, ਉਹ ਵੀ ਤੁਹਾਨੂੰ ਇਰੀਟੇਟ ਕਰਦੇ, ਉਹ ਵੀ ਤੁਹਾਡੇ ਅਕੋਰਡਿੰਗਲੀ ਜੋ ਤੁਹਾਨੂੰ ਉਹਨਾਂ ਦੇ ਕਲਾਸਿਸ ਤੋਂ ਹਟ ਕੇ ਵੀ ਤੁਹਾਨੂੰ ਨਾਲ ਪੜ੍ਹਾਉਂਦੇ ਆ, ਵੀ ਤੁਹਾਡਾ ਸਟੱਡੀ ਦਾ ਲੈਵਲ ਵੀ ਵਧੀਆ ਰਹਿੰਦਾ। ਯੈਸ ਸਰ, ਉਹ ਸਾਡੀ ਪੜ੍ਹਾਈ ਵੱਲ ਵੀ ਜ਼ਿਆਦਾ ਧਿਆਨ ਦਿੰਦੇ ਹਨ ਗੇਮਸ ਦੇ ਨਾਲ ਨਾਲ, ਤਾਂ ਸਾਨੂੰ ਇੱਕ ਵਧੀਆ ਮੈਨੂੰ ਇੱਕ ਸਪੋਰਟਸਮੈਨ ਹੀ ਨਹੀਂ ਵਧੀਆ ਬਲਕਿ ਸਕੂਲ ਦਾ ਟੌਪਰ ਵੀ ਬਣਾਉਣਾ ਚਾਹੁੰਦੇ ਹਾਂ, ਅਤੇ ਮੈਂ ਸੋਚਦੀ ਹਾਂ ਕਿ ਮੈਂ ਸਕੂਲ ਦੇ ਟੌਪਰ ਵੀ ਬਣਾ ਤਾਂ ਆਪਣੇ ਸਕੂਲ ਨੂੰ ਇੱਕ ਚੰਗੇ ਮੁਕਾਮ 'ਤੇ ਵੀ ਲੈ ਕੇ ਜਾਵਾਂ। ਬੇਟਾ ਜਿੱਦਾਂ ਆਲਰਾਊਂਡਰਾਂ ਦੀ ਜ਼ਰੂਰਤ ਹੈ ਇੰਡੀਆ ਟੀਮ ਨੂੰ, ਕ੍ਰਿਕਟ ਦੀ ਟੀਮ ਨੂੰ, ਅਤੇ ਸਕੂਲ ਨੂੰ ਵੀ ਇੱਦਾਂ ਹੁੰਦਾ ਵੀ ਸਾਡੇ ਬੱਚੇ ਆਲਰਾਊਂਡਰ ਬਣ ਕੇ ਜਾਣ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਚਾਹੇ ਤੁਸੀਂ ਸਪੀਕਿੰਗ ਕਰਨੀ ਹੁਣ ਅਸੀਂ ਦੇਖ ਰਹੇ ਹਾਂ ਯੂ ਆਰ ਗੁੱਡ ਸਪੀਕਰ, ਉਹਦੇ ਨਾਲ ਨਾਲ ਗੁੱਡ ਐਥਲੀਟ, ਉਹਦੇ ਨਾਲ ਨਾਲ ਗੁੱਡ ਐਜੂਕੇਸ਼ਨਿਸਟ, ਕੀ ਕਹਿੰਦੇ? ਯੈਸ ਸਰ, ਸਾਰੇ ਸਕੂਲ ਸਿਰਫ ਇਸ ਸਕੂਲ ਮੇਰੇ ਸਕੂਲ 'ਚ ਨਹੀਂ, ਸਾਰੇ ਸਕੂਲਾਂ 'ਚ ਹੁੰਦਾ ਵਾ ਕਿ ਉਹਨਾਂ ਦਾ ਬੱਚਾ ਇੱਕ ਵਧੀਆ ਮੁਕਾਮ 'ਤੇ ਪਹੁੰਚੇ ਸਪੈਸ਼ਲੀ ਸਪੋਰਟਸ ਦੇ ਵਿੱਚ, ਸੋ ਮੇਰੇ ਕੋਚ ਨੂੰ ਵੀ ਇਹ ਲੱਗਦਾ ਹੈ ਕਿ ਮੈਂ ਸਕੂਲ ਨੂੰ ਬਹੁਤ ਵਧੀਆ ਮੁਕਾਮ 'ਤੇ ਲੈ ਕੇ ਜਾ ਸਕਦੀ ਹਾਂ ਇਨ ਅ ਸਪੋਰਟਸ, ਸੋ ਮੈਂ ਹੋਪ ਕਰਦੀ ਹਾਂ ਕਿ ਉਹ ਮੈਨੂੰ ਕਦੇ ਵੀ ਨਹੀਂ ਰੋਕਦੇ ਕਿ ਤੂੰ ਵਾਲਾ ਮਤਲਬ ਕੋਈ ਪੀਰੀਅਡ ਕੈਂਸਲ ਕਰਦੇ ਸਪੋਰਟਸ ਦੇ ਲਈ, ਬਿਲਕੁਲ ਵੀ ਨਹੀਂ। ਉਹ ਮੈਨੂੰ ਇਹ ਚਾਹੁੰਦੇ ਆ ਕਿ ਮੈਂ ਟੌਪਰ ਵੀ ਬਣਾ ਇਸ ਸਕੂਲ ਦੀ ਅਤੇ ਨਾਲ ਨਾਲ ਇਸ ਸਕੂਲ ਦੀ ਇੱਕ ਸਪੋਰਟਸਮੈਨ ਵੀ ਬਣਾ। ਸੋ ਹੈਪੀ ਐਂਡ ਸੈਟਿਸਫਾਈਡ ਵਿਦ ਮਾਈ ਸਕੂਲ ਰਿਜ਼ਲਟ ਔਨ ਦਾ ਬਿਹਾਫ ਆਫ ਅਵਰ ਮੈਨੇਜਮੈਂਟ, ਔਨ ਦਾ ਬਿਹਾਫ ਆਫ ਅਵਰ ਚੇਅਰਪਰਸਨ ਕੀ ਏ ਜੱਸਲ, ਔਨ ਦਾ ਬਿਹਾਫ ਆਫ ਮਾਈ ਟੀਚਰਸ, ਆਈ ਵੁੱਡ ਲਾਈਕ ਟੂ ਕੰਗਰੈਚੁਲੇਟ ਆਲ ਦਾ ਸਟੂਡੈਂਟਸ ਐਂਡ ਦੇਅਰ ਪੇਰੈਂਟਸ। ਆਈ ਐਮ ਸੋ ਹੈਪੀ ਟੂ ਅਨਾਊਂਸ ਦੈਟ ਕਿ ਹਮਾਰੇ ਸਕੂਲਸ ਕਾ 10th ਐਂਡ ਪਲੱਸ ਟੂ ਕਾ ਰਿਜ਼ਲਟਸ 100% ਰਹਾ ਹੈ ਐਂਡ ਵੀ ਗੋਟ 95-96% ਰਿਜ਼ਲਟਸ ਐਂਡ ਆਈ ਐਮ ਵੈਰੀ ਹੈਪੀ ਐਂਡ ਸੈਟਿਸਫਾਈਡ ਵਿਦ ਦਾ ਰਿਜ਼ਲਟਸ ਐਂਡ ਆਈ ਵੁੱਡ ਲਾਈਕ ਟੂ ਸਪੈਸ਼ਲ ਥੈਂਕਸ ਟੂ ਮਾਈ ਹਾਰਡ ਵਰਕਿੰਗ ਟੀਮ, ਟੂ ਮਾਈ ਡੈਡੀਕੇਟਿਡ ਸਟਾਫ ਮੈਂਬਰਸ। ਇਟਸ ਜਸਟ ਬਿਕੋਜ਼ ਆਫ ਦੇਅਰ ਹਾਰਡ ਵਰਕ ਦੈਟ ਅਵਰ ਸਟੂਡੈਂਟਸ ਗੋਟ 100% ਰਿਜ਼ਲਟ।
our student got 90+ results and happy with it.